ਕਿਸਾਨੀ ਸੰਘਰਸ਼ ਦੌਰਾਨ ਕਈ ਕਿਸਾਨਾਂ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਜਿਸ ਦੇ ਚਲਦਿਆਂ ਅਕਾਲੀ ਦਲ ਦੇ ਵੱਲੋਂ ਵਿਧਾਨ ਸਭਾ ਬਜਟ ਸੈਸ਼ਨ ਦੇ ਪਹਿਲੇ ਦਿਨ ਯਾਨੀ ਕਿ 1 ਮਾਰਚ ਨੂੰ ਵਿਧਾਨ ਸਭਾ ਦੇ ਘਰਾਵ ਦੀ ਗੱਲ ਕੀਤੀ ਹੈ ਜਿਸ ਉੱਤੇ ਹੁਣ ਕਾਂਗਰਸੀ ਵਿਧਾਇਕ ਰਾਜਕੁਮਾਰ ਵੇਰਕਾ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਨਾਟਕ ਕਰ ਰਹੀ ਹੈ ਤੇ ਰਾਜਕੁਮਾਰ ਵੇਰਕਾ ਨੇ ਸੁਖਬੀਰ ਸਿੰਘ ਬਾਦਲ ਤੇ ਵੀ ਤੰਜ ਕੱਸੇ ਨੇ ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਦੀ ਬਾ ਕਦੇ ਨਹੀਂ ਫੜੀ ਹੋਰ ਉਹਨਾਂ ਕੀ ਕਿਹਾ ਆਉ ਜਾਣਦਿਆਂ ਬਈ ਨਾਟਕ ਕਰਿਆ ਕਾਲੀ ਦਲ ਹਰਾਨ ਕੀ ਇਸ ਗੱਲ ਦੀ ਹੈ ਬਈ ਇਹ ਜਿਹੜਾ ਮਾਮਲਾ ਆ ਇਹ ਕੇਂਦਰ ਨਾਲ ਸੰਬੰਧਤ ਹੈ ਕੇਂਦਰ ਨੇ ਕਿਸਾਨਾਂ ਦੀ ਕੋਈ ਬਾਹ ਫੜੀ ਬਈ ਕੇਂਦਰ ਨੇ ਆ ਜਿਹੜੇ ਖੇਤੀ ਬਿੱਲ ਲੈ ਕੇ ਆਏ ਆ ਜਿੰਨਾ ਕੇਂਦਰ ਸਰਕਾਰ ਇਹਦਾ ਦੋਸ਼ੀ ਹੈ ਉਹਨਾਂ ਕਾਲੀ ਦਲ ਵੀ ਦੋਸ਼ੀ ਹੈ ਅੱਜ ਇਹ ਬਿੱਲਾਂ ਦੇ ਖਿਲਾਫ ਮਗਰਮਸ ਦੀ ਆਸੂ ਜਿਹੜਾ ਬਹਾ ਰਹੇ ਹੋ ਤੁਹਾਨੂੰ ਚਾਹੀਦਾ ਹੈ ਜਾ ਕੇ ਨਰਿੰਦਰ ਮੋਦੀ ਦੇ ਬੂਏ ਤੇ ਬਈ ਅਕਾਲੀ ਦਲ ਦਾ ਸਾਰਾ ਟੱਬਰ ਇਕੱਠਾ ਹੋ ਕੇ ਉੱਥੇ ਜਾ ਕੇ ਧਰਨਾ ਦਿਓ ਔਰ ਤੁਸੀਂ ਸਾਡੇ ਤੇ ਇਲਜ਼ਾਮ ਲਗਾਉਂਦੇ ਹੋ ਬਈ ਇਹ ਜਿਹੜੇ ਕਰਜ਼ੇ ਐ ਤੁਸੀਂ ਵਾਦਾ ਕੀਤਾ ਸੀ ਹਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਹ ਵਾਦਾ ਕੀਤਾ ਹੈ ਕਿ ਅਸੀਂ ਕਿਸਾਨਾਂ ਦੀ ਬਾਹ ਫੜਾਂਗੇ 10 ਲੱਖ ਤੋਂ ਵੱਧ ਛੋਟੇ ਕਿਸਾਨਾਂ ਦੇ ਕਰਜ਼ੇ ਕੈਪਟਨ ਅਮਰਿੰਦਰ ਸਿੰਘ ਨੇ ਮਾਫ ਕੀਤੇ ਜਦੋਂ ਕਿ ਕੇਂਦਰ ਸਰਕਾਰ ਸਾਡਾ GST ਦਾ ਬਕਾਇਆ ਸਾਡਾ RDF ਦਾ ਬਕਾਇਆ ਰੋਕ ਕੇ ਬੈਠੀ ਹੋਵੇ ਉਹ ਘਟ ਸਾਧਰਾਂ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਹਰ ਵਰਗ ਦੀ ਬਾਹ ਫੜ ਰਿਹਾ ਹੈ ਤੇ ਤੁਸੀਂ 10 ਸਾਲ ਦੇ ਵਿੱਚ ਇੱਕ ਵੀ ਕਿਸਾਨ ਦਾ ਕਰਜਾ ਮਾਫ ਕੀਤਾ ਹੈ ਔਰ ਜਿੱਥੋਂ ਤੱਕ ਆਮ ਆਦਮੀ ਪਾਰਟੀ ਨਾਟਕ ਕਰ ਰਹੀ ਹੈ 100 ਤੋਂ ਵੱਧ ਕਿਸਾਨਾਂ ਨੇ ਦਿੱਲੀ ਦੇ ਅੰਦਰ ਖੁਦਕਸ਼ੀਆਂ ਕੀਤੀਆਂ ਔਰ ਉੱਥੇ ਬਾਰਡਰ ਤੇ ਬਹਿ ਕੇ ਖੁਦਕਸ਼ੀਆਂ ਹੋਈਆਂ ਉਹਦੇ ਵਿੱਚ ਕਿਸੇ ਨੂੰ ਐਂਬੂਲੈਂਸ ਵੀ ਪ੍ਰੋਵਾਈਡ ਕਰਵਾਈ ਹੈ ਕੈਪਟਨ ਅਮਰਿੰਦਰ ਸਿੰਘ ਨੇ ਹਰ ਪਰਿਵਾਰ ਨੂੰ ਜਿਨ੍ਹਾਂ ਨੇ ਖੁਦਕਸ਼ੀ ਕੀਤੀ ਹੈ ਉਹਨਾਂ ਨੂੰ 5-5 ਲੱਖ ਰੁਪਇਆ ਤੇ ਇੱਕ-ਇੱਕ ਨੌਕਰੀ ਦੇਣ ਦਾ ਵਾਅਦਾ ਕੀਤਾ ਨਾਟਕ ਬੰਦ ਕਰੋ